ਹਾਂਜੀ ਰੈਡੀ ਪੰਜਾਬੀ ਡਿਕਟੇਸ਼ਨ ਸਪੀਡ 80 ਦੀ ਹਾਂਜੀ ਸਟਾਰਟ ਡਾਕਟਰ ਜੁਨਾਸ ਸਾਲਕ ਪੋਲੀਓ ਦੀ ਭਿਆਨਕ ਬਿਮਾਰੀ ਤੋਂ ਸੁਰੱਖਿਆ ਲਈ ਪਹਿਲਾ ਸੁਰੱਖਿਅਤ ਟੀਕਾ ਵਿਕਸਿਤ ਕਰਨ ਵਾਲਾ ਖੋਜ ਕਰਤਾ ਹੈ ਡੰਡੀ ਜੁਨਾਸ ਅਮਰੀਕਾ ਨਾਲ ਸੰਬੰਧਿਤ ਡਾਕਟਰ ਰੋਗਾਂ ਦੇ ਇਲਾਜ ਲਈ ਦਵਾਈ ਖੋਜੀ ਅਤੇ ਵਿਸ਼ਾਣੂ ਵਿਗਿਆਨੀ ਹੈ ਡੰਡੀ ਅਮਰੀਕਾ ਵਿੱਚ ਰਹਿੰਦੇ ਰੂਸੀ ਮੂਲ ਦੇ ਯੁਹਾਦੀ ਪਰਿਵਾਰ ਵਿੱਚ ਜੁਨਾਸ ਦਾ ਜਨਮ 23 ਅਕਤੂਬਰ 1914 ਨੂੰ ਨਿਊਯਾਰਕ ਵਿੱਚ ਹੋਇਆ ਡੰਡੀ ਆਪਣੀ ਸਿੱਖਿਆ ਪ੍ਰਾਪਤੀ ਦੌਰਾਨ ਉਸ ਨੇ ਨਿਊਯਾਰਕ ਯੂਨੀਵਰਸਿਟੀ ਦੇ ਮੈਡੀਕਲ ਸਕੂਲ ਵਿੱਚ ਡਾਕਟਰੀ ਦੀ ਸਿੱਖਿਆ ਪ੍ਰਾਪਤ ਕੀਤੀ ਡੰਡੀ ਪਰ ਉਸ ਦਾ ਵਧੇਰੇ ਰੁਝਾਨ ਅਤੇ ਸ਼ੌਕ ਇਲਾਜ ਲਈ ਦਵਾਈਆਂ ਦੀਆਂ ਖੋਜ ਵੱਲ ਸੀ ਡੰਡੀ ਇਸ ਦੌਰਾਨ ਹੀ ਡਾਕਟਰ ਸਾਲਕ ਨੇ ਪੋਲੀਓ ਦੀ ਭਿਆਨਕ ਬਿਮਾਰੀ ਤੋਂ ਸੁਰੱਖਿਆ ਲਈ ਟੀਕਾ ਲੱਭ ਕੇ ਮਨੁੱਖਤਾ ਲਈ ਇੱਕ ਵੱਡੇ ਖਤਰੇ ਨੂੰ ਕਾਬੂ ਪਾਉਣ ਵਿੱਚ ਸਫਲਤਾ ਅਤੇ ਵਿਸ਼ਵ ਪ੍ਰਸਿੱਧੀ ਪ੍ਰਾਪਤ ਕੀਤੀ ਡੰਡੀ ਪੋਲੀਓ ਇੱਕ ਅਜਿਹੀ ਭਿਆਨਕ ਬਿਮਾਰੀ ਹੈ ਜਿਸ ਦਾ ਵਾਇਰਸ ਇੱਕ ਵਿਅਕਤੀ ਤੋਂ ਵਿਅਕਤੀ ਦੂਸਰੇ ਤੱਕ ਪਹੁੰਚ ਜਾਂਦਾ ਸੀ ਡੰਡੀ ਅਜਿਹਾ ਹੋਣ ਕਾਰਨ ਇਹ ਵਾਇਰਸ ਸੰਬੰਧਿਤ ਵਿਅਕਤੀ ਦੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਨੂੰ ਹਮਲਾ ਕਰਕੇ ਪ੍ਰਭਾਵਿਤ ਕਰ ਸਕਦਾ ਸੀ ਡੰਡੀ ਪੋਲੀਓ ਦੇ ਵਾਇਰਸ ਦੇ ਪ੍ਰਭਾਵ ਨਾਲ ਸਰੀਰ ਦਾ ਕੋਈ ਹਿੱਸਾ ਅੰਗ ਅਪੰਗ ਹੋ ਜਾਂਦਾ ਸੀ ਡੰਡੀ ਇਸ ਤੋਂ ਪ੍ਰਭਾਵਿਤ ਕੁਝ ਲੋਕਾਂ ਦੀ ਮੌਤ ਤੱਕ ਹੋ ਜਾਂਦੀ ਸੀ ਡੰਡੀ ਇਸ ਸਮੇਂ ਇਹ ਬਿਮਾਰੀ ਵਿਸ਼ਵ ਲਈ ਵੱਡੀ ਸਮੱਸਿਆ ਬਣੀ ਹੋਈ ਸੀ ਪਰ ਸਟਾਪ ਹਾਂਜੀ ਰੈਡੀ ਸਟਾਰਟ
ਡਾਕਟਰ ਜੋਨਾਸ ਸਾਲਕ ਦੁਆਰਾ ਖੋਜੀ ਪੋਲੀਓ ਦੀ ਇਸ ਦਵਾਈ ਨਾਲ ਇਸ ਬਿਮਾਰੀ ਨਾਲ ਲੜਨ ਦੀ ਚਾਲ ਦਿੱਤੀ ਡੰਡੀ। ਬੇਸ਼ੱਕ ਇਸ ਤੋਂ ਬਾਅਦ ਵਿੱਚ ਵੀ ਪੋਲੀਓ ਦੇ ਬਚਾਅ ਲਈ ਟੀਕੇ ਦਵਾਈਆਂ ਵਿਕਸਿਤ ਕੀਤੀਆਂ ਜਾਂਦੀਆਂ ਰਹੀਆਂ ਹਨ, ਪਰ ਸਭ ਤੋਂ ਪਹਿਲਾ ਟੀਕਾ ਸਾਲਕ ਦੁਆਰਾ ਵਿਕਸਿਤ ਕੀਤੇ ਜਾਣ ਕਾਰਨ ਇਸ ਯੋਗਦਾਨ ਲਈ ਉਸ ਨੂੰ ਵਿਸ਼ਵ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ ਡੰਡੀ। ਇਸ ਦੇ ਨਾਲ ਡਾਕਟਰ ਜੋਨਾਸ ਸਾਲਕ ਦੇ ਚਰਚਾ ਵਿੱਚ ਰਹਿਣ ਦਾ ਇੱਕ ਕਾਰਨ ਆਪਣੀ ਖੋਜੀ ਇਸ ਦਵਾਈ ਦਾ ਆਪਣੇ ਨਾਂ ਪੋਟੈਟ ਨਾ ਕਰਵਾ ਕੇ ਇਸ ਨੂੰ ਆਮ ਲੋਕਾਂ ਲਈ ਖੁੱਲ੍ਹਾ ਛੱਡ ਦੇਣਾ ਸੀ ਡੰਡੀ। ਡਾਕਟਰ ਜੋਨਾਸ ਨੇ ਆਪਣੀ MD ਦੀ ਡਿਗਰੀ ਕਰਨ ਤੋਂ ਬਾਅਦ ਡਾਕਟਰੀ ਦਾ ਪੇਸ਼ਾ ਅਪਣਾਇਆ ਡੰਡੀ, ਪਰ ਉਸ ਨੂੰ ਖੋਜ ਦਾ ਸ਼ੌਂਕ ਬਰਕਰਾਰ ਸੀ ਡੰਡੀ। ਇਸ ਦੌਰਾਨ ਉਸ ਨੂੰ ਮਿਸ਼ੀਗਨ ਯੂਨੀਵਰਸਿਟੀ ਵਿੱਚ ਦਵਾਈਆਂ ਸੰਬੰਧੀ ਖੋਜ ਕਰਨ ਦਾ ਮੌਕਾ ਮਿਲਿਆ ਡੰਡੀ। ਇਸ ਤੋਂ ਬਾਅਦ ਉਹ ਪਿਟਸਵਰਗ ਵਿੱਚ ਖੋਜ ਪ੍ਰਯੋਗਸ਼ਾਲਾ ਵਿਦਾ ਮੁਖੀ ਰਿਹਾ ਅਤੇ ਇੱਥੇ ਉਸ ਨੇ ਦਵਾਈ ਖੋਜ ਕਰਨ ਦੀਆਂ ਤਕਨੀਕਾਂ ਸਿੱਖੀਆਂ ਡੰਡੀ। ਇੱਥੇ ਹੀ ਉਸ ਨੇ ਪੋਲੀਓ ਤੋਂ ਸੁਰੱਖਿਆ ਲਈ ਦਵਾਈ ਖੋਜਣ ਦਾ ਕੰਮ ਆਰੰਭਿਆ ਅਤੇ ਅੰਤ ਵਿੱਚ ਦਵਾਈ ਖੋਜਣ ਦੇ ਮਹਾਨ ਕਾਰਨਾਮ ਨੂੰ ਕਰਨ ਵਿੱਚ ਸਫਲਤਾ ਹਾਸਲ ਕੀਤੀ ਡੰਡੀ। ਪੋਲੀਓ ਦੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਦੋ ਤਰ੍ਹਾਂ ਦੀਆਂ ਦਵਾਈ ਦੀ ਖੋਜ ਕੀਤੀ ਗਈ ਹੈ ਡੰਡੀ, ਇੱਕ ਟੀਕਾ ਅਤੇ ਦੂਸਰੀ ਮੂੰਹ ਦੁਆਰਾ ਪਿਆਈ ਜਾਣ ਵਾਲੀ ਦਵਾਈ ਡੰਡੀ। ਸਭ ਸਟੋਪ।